ਡੀਆਈਜੀ ਪੰਜਾਬ ਨੇ ਕੀਤਾ ਕਰਫਿਊ ਦੌਰਾਨ ਪੰਜਾਬ ਵਿੱਚ ਦੌਰਾ। ਐਸਐਸਪੀ ਮੋਗਾ ਹਰਮਨਵੀਰ ਸਿੰਘ ਨੇ ਦੱਸਿਆ ਕਿ ਡੀਆਈਜੀ ਸਾਹਿਬ ਨੇ ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਵਿੱਚ ਕਰਫਿਊ ਦੌਰਾਨ ਖੁਦ ਲਿੱਤਾ ਹਾਲਾਤਾਂ ਦਾ ਜਾਇਜ਼ਾ। ਦੌਰਾ ਕੀਤਾ ਜੀ, ਇਹਦੇ ਬਾਰੇ ਜਾਣਕਾਰੀ ਦੇ ਜੀ। ਕਿ ਡੀਆਈਜੀ ਸਾਹਿਬ ਡਿਸਟ੍ਰਿਕਟ ਦੇ ਜਿਹੜੇ ਅਰੇਂਜਮੈਂਟਸ ਆ ਉਹ ਵੇਖਣ ਲਈ ਆਏ ਸੀਗੇ, ਅਤੇ ਉਹਨਾਂ ਨੇ ਸਾਰਾ ਫਰੀਦਕੋਟ ਦਾ ਦੌਰਾ ਕੀਤਾ, ਹੁਣ ਮੋਗੇ ਦਾ ਦੌਰਾ ਕਰਕੇ ਗਏ। ਸਾਰੇ ਅਰੇਂਜਮੈਂਟਸ ਤੋਂ ਸੈਟਿਸਫਾਈਡ ਨੇ, ਜਿੰਨੀ ਬਰੀਫਿੰਗ ਸੀਗੀ ਔਨ ਦੀ ਸਪੋਟ ਉਹ ਕਰਕੇ ਗਏ। ਮੈਂ ਡੀਆਈਜੀ ਸਾਹਿਬ ਨੇ ਕੀਤੀ ਆ, ਜਿੰਨਾ ਚਿਰ ਤੱਕ ਇਹ ਸਾਰਾ ਕਰਫਿਊ ਵਾਲਾ ਸਿਸਟਮ ਚੱਲਦਾ, ਸੀਨੀਅਰ ਅਫਸਰ ਸੁਬਾਨਵੀ ਫੋਰਸ ਦਾ ਮਰਾਲ ਉੱਪਰ ਕਰਨ ਲਈ ਜਿਹੜੇ ਹੋਰ ਇੰਤਜ਼ਾਮ ਹੈ ਡਿਸਕਸ ਕਰਦੇ ਹਨ। ਸਰ, ਅੱਗੇ ਕੀ ਇੰਤਜ਼ਾਮ ਕੀਤੇ ਜਾ ਰਹੇ ਜੋ ਰਿਲੀਫ ਮਿਲ ਸਕੇ ਕੁਛ ਲੋਕਾਂ ਨੂੰ, ਜੋ ਕਿ ਜਿਵੇਂ ਰਾਸ਼ਨ ਨਹੀਂ ਮਿਲ ਰਿਹਾ, ਜੋ ਦਵਾਈ ਮੈਡੀਸਨ ਨਹੀਂ ਮਿਲ ਰਹੀ ਉਹਦੇ ਬਾਰੇ? ਦੇਖੋ, ਰਾਸ਼ਨ ਦਾ ਵੀ ਥਰੂ ਗੱਡੀਆਂ ਦੇ ਜਿਹੜਾ ਹੈਗਾ ਉਹ ਸਪਲਾਈ ਕੀਤਾ ਜਾਊਗਾ। ਡੀ ਸੀ ਸਾਹਿਬ ਦੀ ਹੁਣ ਮੀਟਿੰਗ ਹੈਗੀ ਆ, ਉਹਦੇ 'ਚ ਸਾਰਾ ਪਲੈਨ ਆਊਟ ਹੋ ਕੇ ਅੱਜ ਤੋਂ ਇਹ ਸਿਸਟਮ ਜਿਹੜਾ ਇਨਪਲੇਸ ਹੋਇਆ। ਗੁਰਬਾਣੀ ਅਖੰਡਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।